ਫਰੀਦਕੋਟ ਵਿੱਚ ਹਾੜੀ ਦੀਆਂ ਫਸਲਾਂ ਪ੍ਰਤੀ ਜਾਣਕਾਰੀ ਦੇਣ ਲਈ ਲਗਾਏ ਗਏ ਜ਼ਿਲ੍ਹਾ ਕਿਸਾਨ ਮੇਲੇ ਵਿੱਚ ਉਸ ਵੇਲੇ ਅਜੀਬੋ ਗਰੀਬ ਸਥਿਤੀ ਬਣ ਗਈ ਜਦੋਂ ਕਿਸਾਨਾਂ ਨੂੰ ਵੱਡੀਆਂ ਸਲਾਹਾਂ ਦੇਣ ਵਾਲੇ ਖੇਤੀਬਾੜੀ ਵਿਭਾਗ ਦੇ ਫਾਰਮ ਵਿੱਚ ਲੱਗੀ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਅਤੇ ਮਿਲੀਬਗ ਦਾ ਹਮਲਾ ਨਜ਼ਰ ਆ ਗਿਆ, ਜਿਸ ਨਾਲ ਮੇਲਾ ਵੇਖਣ ਆਏ ਕਿਸਾਨਾਂ ਦਾ ਉਤਸ਼ਾਹ ਫਿੱਕਾ ਨਜ਼ਰ ਆਇਆ। ਕਿਸਾਨਾਂ ਨੇ ਕਿਹਾ ਕਿ ਜੇਕਰ ਖੇਤੀਬਾੜੀ ਵਿਭਾਗ ਆਪਣੀ ਫਸਲ ਨੂੰ ਬਿਮਾਰੀਆਂ ਤੋਂ ਨਹੀਂ ਬਚਾ ਸਕਦਾ ਤਾਂ ਸਾਡੀ ਫਸਲ ਨੂੰ ਕਿਸ ਤਰੀਕੇ ਬਚਾਉਣ ਦੀ ਕਾਢਤ ਕੱਢੇਗਾ। ਉਧਰ ਇਸ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਗੋਲ ਮੋਲ ਗੱਲ ਕਰਦਿਆਂ ਕਿਹਾ ਕਿ ਫਸਲਾਂ ਉੱਪਰ ਥੋੜ੍ਹੀ ਬਹੁਤੀ ਬਿਮਾਰੀ ਤਾਂ ਆ ਹੀ ਜਾਂਦੀ ਹੈ, ਜਦ ਤੱਕ ਕੋਈ ਖਤਰਾ ਨਾ ਹੋਵੇ ਐਵੇਂ ਵੇਖਾ ਵੇਖੀ ਸਪਰੇ ਨਹੀਂ ਕਰਨੀ ਚਾਹੀਦੀ। ਇਹ ਤੇ ਮਿਲੀ ਬੈਗ ਤੇ ਸੁੰਡੀ ਦਾ ਟੈਗ ਖੁਦ ਅਸੀਂ ਆਪ ਦੇਖਿਆ, ਜੋ ਕਿ ਬਹੁਤ ਨਾਮਰਾ ਬਿਮਾਰੀ ਹੈ। ਇਹ ਖੁਦ ਆਪ ਬਿਮਾਰ ਹੈ, ਸਾਨੂੰ ਕੀ ਇਹ ਠੀਕ ਕਰ ਦੇਣਗੇ? ਆਹ ਹਾਲ ਹੈ ਜੀ ਸਰਕਾਰ ਦਾ ਤੇ ਇਹਨਾਂ ਦੇ ਗਾਂ ਮੁਲਾਜ਼ਮਾਂ ਦਾ। ਆਹ ਫਾਰਮ ਮੈਂ ਵੇਖਿਆ ਤੇ ਇਹ ਥਾਂ ਥਾਂ ਤੇ ਮਿਲੀ ਬੱਗ ਤੇ ਆੜੀ ਜੂੰ ਦਾ ਬਹੁਤ ਜ਼ਿਆਦਾ ਅਸਰ ਹੋ ਚੁੱਕਾ ਹੈ। ਜਦੋਂ ਇਹ ਆਪ ਖੁਦ ਆਪਦੀ ਫਸਲ ਹੀ ਸੰਭਾਲ ਸਕਦੀ, ਸਾਨੂੰ ਕੀ ਦੱਸਣਗੇ? ਅਸੀਂ ਇਹ ਚਾਹੁੰਦੇ ਪਹਿਲਾਂ ਆਪਦੇ ਆਪ ਸੁਧਾਰ ਕਰ, ਜੇ ਮੇਲੇ ਲਾਉਣ ਦਾ ਤਾਂ ਫਾਇਦਾ, ਜੇ ਆਣ ਕੇ ਆਪਦੇ ਫਾਰਮ ਤਿਆਰ ਕੀਤੇ ਜਿਹੜੇ ਆ ਉਹਨਾਂ ਉੱਤੇ ਇਹ ਬਕਾਇਦਾ ਆਪਣੇ ਸਪਿਆਂ ਦਾ ਪੂਰਾ ਧਿਆਨ ਕਰਕੇ ਸਾਨੂੰ ਉੱਥੇ ਹਰ ਮੇਲੇ ਸੱਦਿਆ ਜਾਵੇ। ਨਹੀਂ, ਮਿਲੀ ਬੱਗ ਦਾ ਇਸ ਸਾਲ ਸਾਨੂੰ ਕੋਈ ਰਿਪੋਰਟ ਨਹੀਂ ਆਈ, ਸਿਰਫ ਚਿੱਟੀ ਮੱਖੀ ਜੋ ਹੈ ਉਹ ਹੈ। ਉਹ ਹਾਂ ਰਾਉਂਡ ਕਰ ਲੈਂਦੇ ਕਿਉਂਕਿ PAU ਦਾ ਇਹ ਰਿਸਰਚ ਸੈਂਟਰ ਹੈ, ਆਪਾਂ ਉਹਨਾਂ ਡਾਕਟਰ